ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਢਿੱਲਵਾਂ ਕਲਾਂ, ਇਹ ਪਿੰਡ ਕੋਟਕਪੂਰਾ ਤਹਿਸੀਲ ਅਤੇ ਫਰੀਦਕੋਟ ਜ਼ਿਲ੍ਹੇ ਦਾ। ਕੋਟਕਪੂਰੇ ਤੋਂ ਬਠਿੰਡੇ ਵੱਲ ਨੂੰ ਜਾਂਦੇ ਹਾਂ, ਜਦੋਂ ਵਾਇਆ ਬਾਜਾ ਖਾਨਾ ਤਾਂ ਪਹਿਲਾ ਪਿੰਡ ਸੜਕ ਦੇ ਉੱਤੇ ਆਉਂਦਾ। ਸੋ ਢਿੱਲਵਾਂ ਕਲਾਂ ਪਿੰਡ 'ਚੋਂ ਵੀਡੀਓ ਬਣਾ ਰਹੇ ਹਾਂ, ਅਤੇ ਜਿਹੜੇ ਬਾਈ ਕੋਲੋਂ ਵੀਡੀਓ ਬਣਾ ਰਹੇ ਹਾਂ, ਦੱਸੋ ਇਹ ਵੀਰ ਵਪਾਰ ਦਾ ਕੰਮ ਕਰਦਾ, ਇਹਦੇ ਕੋਲੋਂ ਰੂਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ। ਅੱਜ ਦੀ ਵੀਡੀਓ ਦੀ ਇੱਕ ਗਾਂ ਕੁਝ ਮਿੰਟ ਪਹਿਲਾਂ ਹੀ ਸੂ ਕੇ ਹਟੀ ਹੈ। ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ, ਲਾਲ ਚਿੱਟੇ ਡੱਬ ਵਾਲੇ ਵੱਛੇ ਨੂੰ ਜਨਮ ਦਿੱਤਾ ਇਹਨੇ। ਵੱਛੀ ਉਹਦੀ ਗੱਲ ਹੋਰ ਹੋਣੀ ਸੀ, ਕਿਉਂਕਿ ਰੰਗ ਰੂਪ ਜਿਹੜਾ ਐਰ ਸ਼ਹਿਰ ਵਾਲਾ, ਉੱਦਾਂ ਦਾ ਬੱਚੇ ਨੂੰ ਇਸ ਗਾਂ ਨੇ ਜਨਮ ਦਿੱਤਾ। ਸੋ ਆਓ ਜਾਣਕਾਰੀ ਲਈਏ, ਦੱਸੋ ਜਿਹਨੂੰ ਇਹ ਗਾਂ ਪਸੰਦ ਆ ਜੂ, ਵੀਰ ਤਸੱਲੀ ਕਰ ਸਕਦਾ, ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ। ਡਿਟੇਲ ਪਹਿਲਾਂ ਪੁੱਛਦੇ ਹਾਂ, ਬਾਅਦ 'ਚ ਇਹਨੂੰ ਖੋਲਾਂਗੇ। ਲੱਖੇ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਲੱਖੇ, ਅੱਜ ਆਪਾਂ ਇੱਕ ਗਾਂ ਦਿਖਾ ਰਹੇ ਹਾਂ, ਹੁਣੇ ਸੂਈ ਹੈ ਤਾਂ 10 ਮਿੰਟ ਸੂਆ ਕਿੰਨਾ ਹੋਊਗਾ? ਤੀਜਾ ਸੂਆ ਸੂਈ ਜੀ। ਠੀਕ ਹੈ। ਅੱਛਾ, ਕੀ ਡਿਮਾਂਡ ਰਹੂਗੀ ਇਹਦੀ? ਇਹਦੀ ਮੁੱਲ ਫੋਨ 'ਤੇ ਕਰਾਂਗੇ ਜੀ। ਫੋਨ 'ਤੇ ਰਹੂਗਾ? ਹਾਂਜੀ। ਠੀਕ ਹੈ। ਦਾ ਦੁੱਧ ਦੁੱਧ ਦਾ ਰਿਕਾਰਡ ਬਹੁਤ ਚੰਗਾ ਜੀ, ਮੇਰੇ ਨਾਨਕਿਆਂ ਦੇ ਘਰੋਂ ਆਈ ਹੈਗਾ। ਠੀਕ ਹੈ। ਆਪਾਂ ਹੀ ਪਹਿਲੇ ਸੂਏ ਲੈ ਕੇ ਦਿੱਤੀ ਸੀਗੀ। ਠੀਕ ਹੈ। ਅਤੇ ਦੁੱਧ ਜਾਣੀ 27-28 ਕਿਲੋ ਨੇ ਦੂਜੇ ਸੂਏ 'ਚ ਵਧ ਕੇ ਆਰਾਮ ਨਾਲ। ਠੀਕ ਹੈ, ਖੋਲ ਲਈ। ਸੋ ਉਸ ਤੋਂ ਬੱਚਾ ਵੱਛਾ ਹੈ, 10 ਮਿੰਟ ਪਹਿਲਾਂ ਸੂਈ ਹੈ, ਮਤਲਬ ਜੇਰ ਪੈਣ ਵਾਲੀ ਹਜੇ ਬਾਕੀ ਹੈ। ਇਹਦੀ ਵੀਡੀਓ ਬਾਈ ਬਣਾ ਲੂਗਾ, ਉਹ ਤੁਸੀਂ ਵੀਡੀਓ ਦੇਖ ਲਿਓ, ਜਾਂ ਫੋਟੋ ਜਿਹੜੀ ਖਿੱਚ ਲੂਗਾ ਉਹ ਤੁਸੀਂ ਤਸੱਲੀ ਆਪ ਕਰ ਲਓਗੇ। ਤੀਜਾ ਸੂਆ ਬਿਲਕੁਲ ਤਾਜ਼ੀ ਸੂਈ ਵੀ ਗਾਂ, ਪੂਰੇ ਪੇਟ ਵਾਲੀ ਗਾਂ ਹੈ। ਹਵਾਨਾ ਜਿਹੜਾ ਉਹਦਾ ਡਿਜ਼ਾਇਨ ਤੁਸੀਂ ਵੀਡੀਓ 'ਚ ਜੱਜਮੈਂਟ ਕਰ ਸਕਦੇ ਹੋ। ਵਜ਼ਨ ਕਾਫੀ ਹੈ ਗਾਂ ਦਾ, ਦੱਸੋ। ਹਜੇ ਹੁਣੇ ਸੂ ਕੇ ਹਟੀ ਹੈ ਥੋੜ੍ਹੀ, ਤੁਹਾਨੂੰ ਕਈ ਵਾਰ ਪਸ਼ੂ ਉੱਪਰਾ ਜਿਹਾ ਲੱਗਣ ਲੱਗ ਜਾਂਦਾ ਸੂ ਕੇ ਹਟਿਆ ਹੋਇਆ। ਹਵਾਨਾ ਦੇਖ ਸਕਦੇ ਹਾਂ ਤੁਸੀਂ ਇਹਦਾ, ਇੱਦਾਂ ਦਾ ਆਕਾਰ ਹੈ। ਦੱਸੋ ਇਸ ਟਾਈਮ ਥਣ ਹੱਥੀਂ ਚਵਾਈ ਵਾਲਾ, ਢਾਂਚਾ ਬਹੁਤ ਸੋਹਣਾ। ਦੱਸੋ ਗਾਂ ਦਾ, ਚੰਗੇ ਬੱਚੇ ਤੁਸੀਂ ਇਹ ਤੋਂ ਲੈ ਸਕਦੇ ਹੋ, ਬਾਕੀ ਪਸੰਦ ਤੁਸੀਂ ਕਰੋਗੇ। ਲਿਆ ਲੱਖੇ ਇੱਕ ਗੇੜਾ ਹੋਰ ਬਾਈ। ਸੋ ਦੇਖਦੇ ਹਾਂ ਇੱਕ ਗੇੜਾ ਹੋਰ ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ। ਹਜੇ ਇਹ ਭਰੇ ਹਵਾਨੇ ਦੇ ਵਿੱਚ ਇਹਨੂੰ ਤੁਸੀਂ ਦੇਖ ਰਹੇ ਹੋ, ਕਿਉਂਕਿ ਹਜੇ ਬੱਚਾ ਇਹਦਾ ਉੱਠਣ ਲੱਗੂਗਾ, ਤਾਂ ਫਿਰ ਉਸ ਤੋਂ ਬਾਅਦ 'ਚ ਚੋਈ ਜਾਣੀ ਹੈ, ਜਿਹੜਾ ਦੁੱਧ ਥੋੜ੍ਹਾ ਬਹੁਤ ਕੱਢਿਆ ਜਾਊਗਾ। ਕੇਰਾਂ ਭਰੇ ਹਵਾਨੇ 'ਚ ਦੇਖੋ ਤੁਸੀਂ, ਪੇਟ ਪੂਟ ਗਾਂ ਦਾ ਦੱਸੋ, ਕਾਫੀ ਸੋਹਣਾ ਸਾਈਜ਼ ਦਿਸਦਾ। ਗਾਵਾਂ ਜਿਹੜੀਆਂ ਇੱਦਾਂ ਦੇ ਢਾਂਚੇ ਵਾਲੀਆਂ, ਖੁਰਾਕ ਚੰਗੀ ਹਜ਼ਮ ਕਰ ਜਾਂਦੀਆਂ। ਕਮਾਲੀ ਬਾਈ, ਮੀਂਹ ਪੈ ਕੇ ਹਟਿਆ, ਦੱਸੋ ਥੱਲੇ ਫਰਸਾਂ ਗਿੱਲੀਆਂ, ਪਸ਼ੂ ਥੋੜ੍ਹਾ ਡਰ ਕੇ ਤੁਰਦਾ, ਬਾਕੀ ਇਹ ਤਾਜ਼ੀ ਸੂਈ ਵੀ ਬਿਲਕੁਲ ਗਾਂ ਤੁਹਾਨੂੰ ਦਿਖਾ ਰਹੇ ਹਾਂ। ਸੋ ਇੱਕ ਹੀ ਨਗ ਦੱਸੋ ਅੱਜ ਦੀ ਵੀਡੀਓ 'ਚ ਵਿਕਰੀ ਵਾਲਾ ਸੀ, ਅਤੇ ਇਹਦੇ 'ਚ ਇਹ ਗਾਂ ਦਿਖਾਉਣੀ ਸੀ ਤੁਹਾਨੂੰ, ਹੱਥੀਂ ਚਵਾਈ ਵਾਲਾ ਥਾਣ ਹੈ ਇਹਦਾ, ਬਾਕੀ ਹਵਾਨਾ ਤੁਹਾਨੂੰ ਵੀਡੀਓ 'ਚੋਂ ਦਿਖਾਤਾ। ਫਿਰ ਵੀ ਆਇਓ ਤੁਸੀਂ, ਜਿਹੜਾ ਵੀਰ ਖਰੀਦਣਾ ਚਾਹੇ ਅਤੇ ਉਹ ਵੀਰ ਤਸੱਲੀ ਕਰੂਗਾ। ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ।